ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਦੀਪਕ ਮੰਗਲ। ਮੈਂ ਕਲਿਆਣ ਸੁੱਖਾ ਤੋਂ ਬਿਲੋਂਗ ਕਰਦਾ, ਜਿੱਥੇ ਆਪਾਂ ਰਹਿਣਾ ਟਸ ਨਾਲ ਜੁੜ ਕੇ ਕੁਛ ਸਮੇਂ ਤੋਂ ਮੈਂ ਕੰਮ ਕਰ ਰਿਹਾ। ਅਸੀਂ ਭੁੱਡੀਪੁਰਾ ਦੇ ਵਿੱਚ ਪਹੁੰਚੇ ਹਾਂ, ਜਿੱਥੇ ਮਾਤਾ ਜੀ ਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ। ਆਪਾਂ ਇਹਨਾਂ ਦੇ ਮੂੰਹ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ, ਉੱਥੇ ਤੁਹਾਨੂੰ ਰਹਿਣਾ ਟਸ ਨੋਵਾ ਪ੍ਰੋਡਕਟ ਦੇ ਕੇ ਗਏ ਸੀ ਜੀ ਮੈਡਮ, ਅਤੇ ਤੁਹਾਨੂੰ ਕੀ ਪ੍ਰੋਬਲਮਾਂ ਸੀਗੀਆਂ? ਜੀ ਮੈਨੂੰ ਥਾਇਰਾਇਡ ਦੀ ਪ੍ਰੋਬਲਮ ਸੀ ਜੀ। ਅੱਛਾ ਜੀ। ਮੇਰਾ ਇੱਕ ਪਾਸਾ ਖੜਾ ਸੀ। ਠੀਕ ਹੈ ਜੀ। ਜੀ ਇਹਦੇ ਨਾਲ ਮੈਨੂੰ ਬਹੁਤ ਠੀਕ ਆ, ਵਧੀਆ ਠੀਕ ਠਾਕ। ਕਿੰਨੇ ਕੁ ਸਮੇਂ ਤੋਂ ਤੁਹਾਨੂੰ ਪ੍ਰੋਬਲਮ ਸੀ? 5 ਸਾਲ ਤੋਂ ਪ੍ਰੋਬਲਮ ਸੀ ਜੀ। ਅੱਛਾ, ਤੇ ਕਿੰਨੀਆਂ ਕੁ ਦਵਾਈਆਂ ਤੁਸੀਂ ਵਰਤੀਆਂ ਨੇ? ਮੈਂ ਦਵਾਈਆਂ ਬਹੁਤ ਵਰਤਣਾਂ ਨੇ, ਤੇ ਬਹੁਤ ਪੈਸਾ ਲੱਗ ਗਿਆ ਮੇਰਾ। ਕਿੰਨਾ ਫਰਕ, ਕਿੰਨਾ ਕੁ ਪੈ ਗਿਆ ਸੀਗਾ? ਕੁਝ ਫਰਕ ਲੱਗਿਆ ਸੀ ਤੁਹਾਨੂੰ? ਮੋਟਾਪਾ ਸੀ ਤੁਹਾਨੂੰ? ਹਾਂ, ਮੋਟਾਪਾ ਸੀ, ਮੋਟਾਪਾ ਬਹੁਤ ਸੀ, ਪੇਟ ਸਾਫ ਨਹੀਂ ਸੀ ਹੁੰਦਾ ਮੇਰਾ। ਇਹਦੇ ਨਾਲ ਮੇਰੀ ਗੈਸ ਖਤਮ ਹੋ ਗਈ। ਤੁਸੀਂ ਹੁਣ ਰੈਨਾਟਸ ਨੋਵਾ ਵਰਤਿਆ, ਇਹਦੇ ਨਾਲ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਹਾਂਜੀ, ਇਹਦੇ ਨਾਲ ਬਹੁਤ ਫਰਕ ਲੱਗਦਾ ਮੈਨੂੰ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਵਰਤਦੇ ਨੂੰ? ਇਹ ਮੈਨੂੰ ਹੋ ਗਏ 15-20 ਦਿਨਾਂ ਤੋਂ ਮੈਨੂੰ ਬਹੁਤ ਫਰਕ ਆ ਗਿਆ। 15-20 ਦਿਨਾਂ ਤੋਂ ਕਿੰਨਾ ਕਿੰਨੇ ਪਰਸੈਂਟ ਫਰਕ ਲੱਗਦਾ ਤੁਹਾਨੂੰ? ਮੈਨੂੰ ਤਾਂ ਬਹੁਤ ਫੁੱਲਬਟਾ ਫੁੱਲੀ ਲੱਗਦਾ ਜਦੋਂ ਮੇਰੀ ਬਿਮਾਰੀ ਠੀਕ ਹੁੰਦੀ ਹੈ। ਅੱਛਾ ਜੀ। ਤੇ ਆਪਾਂ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹਾਂਗੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਗਈ? ਲੋਕਾਂ ਨੂੰ ਵੀ ਇਹੀ ਸੁਨੇਹਾ ਲਾਉਣਾ ਵੀ ਜਿਵੇਂ ਮੈਨੂੰ ਠੀਕ ਹੋਇਆ ਉਹਨੇ ਹਰ ਇੱਕ ਨੂੰ ਠੀਕ ਹੋਣਾ ਚਾਹੀਦਾ। ਅੱਛਾ ਜੀ, ਧੰਨਵਾਦ। ਓਕੇ।